ਕਾਰ ਪਾਰਕਿੰਗ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਕਾਰ ਸਵਾਰ ਨੇ ਇੱਕ ਬੱਚੀ ਨੂੰ ਕੁਚਲ ਦਿੱਤਾ। ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਜ਼ਮੀਨ ਤੇ ਬੈਠੀ ਮਾਸੂਮ ਬੱਚੀ ਖੇਡ ਰਹੀ ਹੁੰਦੀ ਹੈ ਤਾਂ ਇੱਕ ਡਰਾਈਵਰ ਆਪਣੀ ਕਾਰ ਨੂੰ ਅੱਗੇ ਲੈ ਕੇ ਜਾਂਦਾ, ਫਿਰ ਪਿੱਛੇ ਮੋੜਦਾ, ਫਿਰ ਅੱਗੇ ਜਾਣ ਵੇਲੇ ਇਸ ਬੱਚੀ ਦੇ ਉੱਪਰੋਂ ਦੀ ਟਾਇਰ ਕੱਟ ਦਿੰਦਾ। ਗੰਭੀਰ ਰੂਪ ਦੇ ਵਿੱਚ ਇਹ ਬੱਚੀ ਜ਼ਖਮੀ ਹੋ ਗਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਰ ਡਰਾਈਵਰ ਦੀ ਅਣਦੇਖੀ ਦਾ ਸ਼ਿਕਾਰ ਇਹ ਮਾਸੂਮ ਬੱਚੀ ਹੋਈ, ਪਾਰਕਿੰਗ ਦੇ ਵਿੱਚ ਖੇਡਦੀ ਸੀ ਤਾਂ ਕਾਰ ਸਵਾਰ ਦੇ ਵੱਲੋਂ ਇਸ ਨੂੰ ਕੁਚਲ ਕੇ ਅੱਗੇ ਲੰਘਿਆ ਗਿਆ। ਤਸਵੀਰਾਂ ਸੂਰਤ ਤੋਂ ਸਾਹਮਣੇ ਆਈਆਂ ਨੇ। ਡਰਾਈਵਰ ਦੀ ਲਾਪਰਵਾਹੀ ਦੇ ਨਾਲ ਇਹ ਮਾਸੂਮ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਾਰ ਦੇ ਵਿੱਚ ਬੈਠ ਕੇ ਚਾਲਕ ਨੂੰ ਇਹ ਬੱਚੀ ਨਜ਼ਰ ਨਹੀਂ ਆਈ ਔਰ ਇਸ ਨੂੰ ਕੁਚਲਦਾ ਹੋਇਆ ਅੱਗੇ ਲੈ ਗਿਆ ਗੱਡੀ ਨੂੰ। ਤਾਂ ਘਟਨਾ ਦਾ ਪਤਾ ਚੱਲਦੇ ਹੀ ਇਸ ਮਾਸੂਮ ਬੱਚੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਹ ਜ਼ੇਰੇ ਇਲਾਜ ਹੈ। ਇਹ ਦਰਦਨਾਕ ਹਾਦਸਾ ਜਿੱਥੇ ਕਾਰ ਪਾਰਕਿੰਗ ਦੇ ਵਿੱਚ ਇਹ ਬੱਚੀ ਖੇਡਦੀ ਸੀ ਤਾਂ ਕਾਰ ਦੇ ਡਰਾਈਵਰ ਦੇ ਵੱਲੋਂ ਇਸ ਨੂੰ ਕੁਚਲ ਦਿੱਤਾ ਗਿਆ।